सारे सत श्रीकाल, मैं अमरजोत सिंह बोल रहा हूँ फ्रॉम एडमिंटन। आई एम टॉकिंग टू कमल इन सैस्कटून। स्पाउस वीजा असी करते होंगे एंड वी बीन गेटिंग लॉट ऑफ रिक्वेस्ट फॉर इंटरव्यूज। इंटरव्यू दे लेटर तड़ तड़ आ रहे हैं पिछले महीने, बट मोस्ट ऑफ देम वर इन न्यू दिल्ली और इवन अबू धाबी। पर वी गॉट अ फ्रेश यू नो केस फॉर इंटरव्यू इन 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 यूएस, अ कैनेडियन कैनेडियन एम्बेसी इन यूएस। दिस इज अ पीआर स्पॉन्सरशिप फॉर फैमिली यूनिफिकेशन एंड हस्बैंड इज लिविंग इन यूएस एंड द वाइफ इज इन कैनेडा। एंड आओ पता कर दें कि भी इंटरव्यू च उन्होंने की कुछ पूछया, कोई खासा फर्क है कि जेडे न्यू दिल्ली वाले जेडे पूछते हैं या अमेरिका वाले कुछ खास कोई वक्री चीज पूछते हैं। बिकॉज ऑफ प्राइवेसी रीजन कमल हैज चोजन नॉट टू यू नो शो इन्फॉर्मेशन अबाउट हरसेल्फ ऑन द वीडियो, एंड आई वी अप्रीशिएट दैट, नो प्रॉब्लम। सानू तो यह है कि भी सानू पेचीदगियां पता लगनी चाहिए, बारीकियां की हैं इंटरव्यू विच की होया जिन्हों लैके आप कुछ नवी गल सीख सकते हैं। कमल सत श्रीकाल, सत श्री अकाल जी। की होया इंटरव्यू विच, किस तरह होया, किस तरह तुसी एंटर कीता, किवें जे माहौल सी अंदर, वीजा ऑफिसर ने कितना तुहानू वेलकम वगैरह कीता फिर? एक्चुअली जदों असी उत्थे एंटर कीते आ लाइक न्यूयॉर्क दे विच, नीचे 20th फ्लोर ते सीगा जो एम्बेसी सी कैनेडा दी, ते असी नीचे गए आ जो रिसेप्शन कह लो, उन्हां ने सिर्फ मेरे हस्बैंड नूं जान दित्ता है उपर, ते उन्हां ने कहा तुहानू उपर जाके इनफॉर्म करना पएगा कि वी हैव इंटरप्रेटर एंड योर वाइफ, ਤੇ ਉਹ ਫਿਰ ਕੁਛ ਉਹਨਾਂ ਨੂੰ ਸਿਸਟਮ ਦੇ ਵਿੱਚ ਕ੍ਰੀਏਟ ਕਰਨਾ ਪਏਗਾ, ਦੈਨ ਦੇ ਕੈਨ ਕਾਲ ਅਸ। ਸੋ ਅਰਾਊਂਡ 9:30 ਸੀਗੀ ਸਾਡੀ ਇੰਟਰਵਿਊ, 9:15 ਤੇ ਅਸੀਂ ਐਂਟਰ ਕਰ ਗਏ ਸੀ, ਤੇ ਆਈ ਵਾਸ ਵੇਟਿੰਗ ਫੋਰ ਅ ਕਾਲ, ਬਟ ਜਦੋਂ ਉੱਪਰ ਗਏ ਮੇਰੇ ਹਸਬੈਂਡ, ਉਹਨਾਂ ਨੇ ਇਨਫੋਰਮ ਕੀਤਾ ਕਿ ਇੱਦਾਂ ਇੱਦਾਂ ਮੇਰੀ ਵਾਈਫ ਆ ਨੀਚੇ ਐਂਡ ਇੰਟਰਪ੍ਰੇਟਰ ਵੀ ਆ, ਜੋ ਕਿ ਰਿਕੁਐਸਟ ਕੀਤੀ ਹੋਈ ਸੀ ਅਸੀਂ, ਬਟ ਆਫਿਸਰ ਸੈਡ ਕਿ ਇੰਟਰਪ੍ਰੇਟਰ ਅਗਰ ਤੁਸੀਂ ਬੋਲ ਸਕਦੇ ਹੋ ਇੰਗਲਿਸ਼ ਤਾਂ ਫਿਰ ਮਤਲਬ ਆਈ ਥਿੰਕ ਵੀ ਡੋਂਟ ਨੀਡ ਇੰਟਰਪ੍ਰੇਟਰ, ਬਟ ਮਾਈ ਹਸਬੈਂਡ ਸੈਡ ਕਿ ਓਕੇ, ਜਿੱਦਾਂ ਆਫਿਸਰ ਕਹਿ ਰਿਹਾ ਸੀਗਾ ਕਿ ਤੁਹਾਨੂੰ ਅਗਰ ਨਹੀਂ ਪ੍ਰੋਬਲਮ ਹੈ ਤਾਂ ਇੰਗਲਿਸ਼ ਬੋਲਣ ਦੇ ਵਿੱਚ, ਦੈਨ ਵੀ ਕੈਨ ਗੋ ਲਾਈਕ ਵਿਦ ਦੈਟ, ਬਟ ਮਾਈ ਹਸਬੈਂਡ ਸੈਡ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ, ਬਟ ਮੇ ਬੀ ਤੁਹਾਨੂੰ ਨਾ ਪ੍ਰੋਬਲਮ ਹੋਵੇ ਅੰਡਰਸਟੈਂਡ ਕਰਨ 'ਚ। ਲਾਈਕ ਆਫਿਸਰ ਵਾਸ ਲਾਈਕ ਵੈਰੀ ਪੋਜ਼ਿਟਿਵ, ਲਾਈਕ ਉਸ ਜਿੱਦਾਂ ਜਾਂਦੇ ਇੱਕ ਗੁੱਡ ਇੰਡੀਕੇਸ਼ਨਸ ਉਹਨੇ ਦਿੱਤੇ ਸੀਗੇ, ਐਂਡ ਦੈਨ ਹਸਬੈਂਡ ਵਾਸ ਲਾਈਕ ਯਾ ਓਕੇ ਆਈ ਐਮ ਫਾਈਨ ਵਿਦ ਦੈਟ, ਐਂਡ ਆਫਿਸਰ ਵਾਸ ਲਾਈਕ ਕਿ ਅਗਰ ਮੈਨੂੰ ਨਹੀਂ ਕੁਛ ਪਤਾ ਲੱਗਾ ਦੈਨ ਮਤਲਬ ਮੈਂ ਤੁਹਾਨੂੰ ਰੋਕ ਲੂੰਗਾ, ਪੁੱਛ ਲੂੰਗਾ ਦੁਬਾਰਾ, ਬਟ ਆਈ ਥਿੰਕ ਵੀ ਸ਼ੁਡ ਗੋ ਵਿਦਆਊਟ ਇੰਟਰਪ੍ਰੇਟਰ। ਐਂਡ ਉਹਨਾਂ ਨੇ ਇਹ ਵੀ ਕਿਹਾ ਕਿ ਮੇ ਬੀ ਆਈ ਵੋਂਟ ਕਾਲ ਯੂਅਰ ਵਾਈਫ, ਬਹੁਤ ਘੱਟ ਚਾਂਸਿਸ ਆ, ਉਹਨਾਂ ਨੇ ਸਟਾਰਟਿੰਗ ਦੇ ਵਿੱਚ ਹੀ ਕਹਿਤਾ ਸੀਗਾ। ਐਂਡ ਫਿਰ ਉਹਨਾਂ ਨੇ ਸਟਾਰਟ ਕੀਤਾ ਕਿ ਤੁਸੀਂ ਰਿਲੈਕਸ ਹੋ ਕੇ ਬੈਠੋ, ਅਸੀਂ ਤੁਹਾਡੇ ਰਿਲੇਸ਼ਨ ਬਾਰੇ ਨਹੀਂ ਹਜੇ ਗੱਲ ਕਰਨੀ, ਪਹਿਲਾਂ ਅਸੀਂ ਤੁਹਾਡੇ ਬਾਰੇ ਗੱਲ ਕਰਨੀ ਹੈ ਕਿ ਤੁਸੀਂ ਕਿੱਦਾਂ ਆਏ ਹੋ, ਹੈ ਨਾ, ਕਿ ਜੋ ਵੀ ਮਤਲਬ ਸੀਗਾ ਸਾਡਾ ਇਸ਼ੂ, ਜੋ ਜੋ ਜਿੱਦਾਂ ਜਿੱਦਾਂ ਸਾਰਾ ਇੱਕ ਵਾਰੀ ਉਹਨਾਂ ਨੇ ਪੁੱਛਿਆ, ਗੋ ਥਰੂ ਹੋਏ ਪੂਰੀ ਹਿਸਟਰੀ ਦੇ ਉੱਤੋਂ। ਫਿਰ ਪਹਿਲਾਂ ਤਾਂ ਅਪੋਲੋਜਾਈਜ਼ ਕੀਤਾ ਉਹਨੇ ਨਾ ਇੰਟਰਵਿਊ ਲੈਣ ਵਾਲੇ ਨੇ, ਕਿ ਸੈਡ ਕਿ ਆਈ ਐਮ ਵੈਰੀ ਸੋਰੀ, ਮੈਂ ਇੰਟਰਵਿਊ ਨਹੀਂ ਸੀ ਲੈਣਾ ਚਾਹੁੰਦਾ ਤੁਹਾਡਾ, ਬਟ ਮੇਰੇ ਕੋਲ ਤੁਹਾਡੀ ਫਾਈਲ ਆਈ ਆ ਐਂਡ ਆਈ ਹੈਵ ਟੂ ਡੂ ਮਾਈ ਡਿਊਟੀ। ਤੇ ਫਿਰ ਉਹਨਾਂ ਨੇ ਕਿਹਾ ਕਿ ਰਿਲੈਕਸ ਹੋ ਕੇ ਤੁਸੀਂ ਮੈਨੂੰ ਦੱਸੋ, ਐਂਡ ਕੁਛ ਵੀ ਐਗਜੈਕਟ ਡੇਟ ਵੀ ਦੱਸਣ ਦੀ ਲੋੜ ਨਹੀਂ ਆ, ਮਤਲਬ ਜੋ ਵੀ ਤੁਹਾਨੂੰ ਇੱਕ ਨੀਅਰ ਬਾਏ ਆਈਡੀਆ ਕਿ ਇਸ ਮੰਥ ਵਿੱਚ ਤੁਹਾਡੀ ਆਹ ਚੀਜ਼ ਹੋਈ, ਆਹ ਚੀਜ਼ ਹੋਈ। ਫਿਰ ਜਿੱਦਾਂ ਉਹਨਾਂ ਨੇ ਸਾਡਾ ਫਾਈਲ ਤਾਂ ਉਹਨਾਂ ਕੋਲ ਪਈ ਹੋਈ ਸੀਗੀ, ਮੇਰੇ ਹਸਬੈਂਡ ਕਹਿੰਦੇ ਕਿ ਉਹ ਸਾਰੀ ਫਾਈਲਸ ਉਹਨਾਂ ਨੇ ਸਾਹਮਣੇ ਰੱਖੀ ਹੋਈ ਸੀ, ਪ੍ਰਿੰਟ ਆਊਟ ਕੱਢ ਕੇ ਨਾ, ਜਿਹਨਾਂ ਕੋਲ ਦੇਖ ਸਕਦੇ ਸੀਗੇ, ਕੈਬਿਨ ਟਾਈਪ ਬਣੇ ਹੋਏ ਸੀ। ਤੇ ਉਹਨਾਂ ਨੇ ਫਾਈਲ ਦੇ ਵਿੱਚੋਂ ਕਹਿੰਦੇ ਕਿ ਅੱਛਾ ਤੁਸੀਂ ਤੁਹਾਡੀ ਇੱਦਾਂ ਗੱਲ ਸਟਾਰਟ ਹੋਈ, ਉਹਨਾਂ ਨੇ ਆਪਣੇ ਆਪ ਹੀ ਕਹਿਤਾ ਜਿੱਦਾਂ ਕਿ ਤੁਹਾਡੀ ਅੱਛਾ ਇੱਦਾਂ ਗੱਲ ਸਟਾਰਟ ਹੋਈ ਆ। ਦੈਨ ਮਾਈ ਹਸਬੈਂਡ ਸੈਡ ਕਿ ਯੈਸ, ਕਿ ਸਾਡੀ ਇੱਦਾਂ ਇੱਦਾਂ ਗੱਲ ਸਟਾਰਟ ਹੋਈ ਆ, ਕਿ ਕਹਿੰਦੇ ਓਕੇ ਓਕੇ। ਐਂਡ ਉਹ ਇੱਕ ਬਹੁਤ ਜਿੱਦਾਂ ਉਹਨਾਂ ਨੇ ਸਿੰਪਥੀ ਸ਼ੋਅ ਕੀਤੀ ਕਿ ਇੰਨੇ ਟਾਈਮ ਤੋਂ ਤੁਸੀਂ ਜਿੱਦਾਂ ਡੇਟ ਕਰ ਰਹੇ ਹੋ ਨਾ, ਤੇ ਤੁਸੀਂ ਤੁਹਾਨੂੰ ਔਖਾ ਨਹੀਂ ਲੱਗਦਾ ਮੈਨੇਜ ਕਰਨਾ ਕਿ ਲੌਂਗ ਡਿਸਟੈਂਸ ਦਾ ਇੱਕ ਰਿਲੇਸ਼ਨਸ਼ਿਪ? ਐਂਡ ਮਾਈ ਹਸਬੈਂਡ ਸਾਹਿਬ ਕਿ ਸਟਾਰਟਿੰਗ 'ਚ ਸਾਨੂੰ ਔਖਾ ਲੱਗਦਾ ਸੀਗਾ, ਤੇ ਕਹਿੰਦੇ ਓਕੇ ਓਕੇ, ਬਟ ਵਿਦ ਦ ਟਾਈਮ ਕਿ ਸਾਨੂੰ ਇੱਕ ਹੋ ਗਿਆ ਅੰਡਰਸਟੈਂਡਿੰਗ, ਵੱਧ ਗਈ ਸਾਡੀ, ਈਜ਼ੀ ਹੋ ਗਿਆ ਸਾਨੂੰ। ਪਹਿਲਾਂ ਸਾਡੇ ਕੋਲ ਫੋਨਸ ਵੀ ਇੰਨੇ ਨਹੀਂ ਹੁੰਦੇ, ਮਤਲਬ ਸਾਡੇ ਕਲਚਰ ਦੇ ਵਿੱਚ ਇੱਦਾਂ ਨਹੀਂ ਆ ਕਿ ਸਾਨੂੰ ਨਿੱਕਿਆਂ ਨਿੱਕਿਆਂ ਨੂੰ ਫੋਨ ਦੇ ਦਿੰਦੇ ਆ, ਸੋ ਥੋੜ੍ਹਾ ਬਹੁਤ ਬਿਕੋਜ਼ ਸਾਡਾ ਰਿਲੇਸ਼ਨ ਕਾਫੀ ਪੁਰਾਣਾ ਹੈ। ਤੇ ਇਟ ਵਾਸ ਲਾਈਕ ਓਕੇ ਓਕੇ ਆਈ ਅੰਡਰਸਟੈਂਡ, ਕਿ ਮਤਲਬ ਮੈਨੂੰ ਪਤਾ ਆ ਕਿ ਇੰਡੀਆ ਵਿੱਚ ਰਿਸਟ੍ਰਿਕਸ਼ਨਸ ਆ ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਡੇ ਕਲਚਰ ਦੇ ਵਿੱਚ। ਐਂਡ ਉਹਦੇ ਬਾਅਦ ਵਿੱਚ ਉਹਨਾਂ ਨੇ ਇੱਕ ਨੋਰਮਲੀ ਪੁੱਛਿਆ, ਮਤਲਬ ਸਾਡੇ ਕੋਲ 4 ਸਾਲ ਦੀ ਜੀ ਸੀਗਾ ਨਾ ਜੋ ਰਿਲੇਸ਼ਨ ਦਾ, ਉਹਦਾ ਕੋਈ ਪਰੂਫ ਨਹੀਂ ਸੀ, ਅਸੀਂ ਵਰਬਲੀ ਸਿਰਫ ਦੱਸ ਸਕਦੇ ਸੀ ਕਿ ਅਸੀਂ ਸੇਮ ਸਕੂਲ ਦੀ ਸਟੱਡੀ ਕੀਤੀ ਹੋਈ ਆ। ਐਂਡ ਮਾਈ ਹਸਬੈਂਡ ਸੈਡ ਕਿ ਮੇਰੇ ਕੋਲ ਸਰਟੀਫਿਕੇਟ ਹੈਗਾ, ਜਦੋਂ ਤੁਸੀਂ ਕਿਹਾ ਸੀ ਕਿ ਸਰਟੀਫਿਕੇਟ ਲੈ ਕੇ ਜਾਇਓ ਦੋਨੋਂ ਸੇਮ ਸਕੂਲ ਦੇ, ਅਸੀਂ ਉਹ ਲੈ ਕੇ ਗਏ ਸੀ, ਬਟ ਹੀ ਸੈਡ ਕਿ ਨੋ ਨੋ ਆਈ ਡੋਂਟ ਨੀਡ ਦੈਟ। ਤੇ ਫਿਰ ਉਹਨਾਂ ਨੇ ਮਤਲਬ ਪੁੱਛਿਆ ਕਿ ਜਿੱਦਾਂ ਕਿੰਨੀ ਇਨ ਉਹ ਦ ਗੁੱਡ ਥਿੰਗ ਵਾਸ ਕਿ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੈਰਿਜ ਤੋਂ ਬਾਅਦ ਕਿ ਤੁਹਾਡੀ ਵਾਈਫ ਕਿੰਨੀ ਵਾਰੀ ਵਿਜ਼ਿਟ ਕੀਤੀ ਆ, ਬਿਕੋਜ਼ ਉਹ US ਰਹਿੰਦੇ ਸੀਗੇ, ਰਾਈਟ, ਤੇ ਮੈਂ ਇੱਥੇ ਕੈਨੇਡਾ ਆ। ਤੇ ਐਂਡ ਉਹਨਾਂ ਨੇ ਮੇਰੇ ਹਸਬੈਂਡ ਕਹਿੰਦੇ ਕਿ ਇਨ ਟੋਟਲ 4 ਵਾਰ,
ਸੋ ਉਸ ਚੀਜ਼ ਨੂੰ ਉਹਨੇ ਬਹੁਤ ਇੰਪੈਕਟ ਪਾਇਆ ਕਿ ਚਾਰ ਵਾਰ ਓਕੇ ਕਿਉਂਕਿ 2018 ਦੇ ਵਿੱਚ ਮੇਰਾ ਵੀਜ਼ਾ ਲੱਗਾ ਸੀ ਅਤੇ ਉਹਦੇ ਵਿੱਚ ਕੋਵਿਡ ਵੀ ਆ ਗਿਆ ਰਾਈਟ ਸੋ ਚਾਰ ਵਾਰ ਵਿਜ਼ਿਟ ਵੀ ਹੋ ਚੁੱਕੀ ਸੀ ਆਈ ਥਿੰਕ ਉਹ ਬਹੁਤ ਪੋਜ਼ਿਟਿਵ ਮਾਇੰਡ ਸੈਟ ਦੇ ਨਾਲ ਆਇਆ ਸੀਗਾ ਕਿ ਮਤਲਬ ਇਟਸ ਏਦਾਂ ਲੱਗ ਰਿਹਾ ਕਿ ਉਹਨੂੰ ਜੈਨੂਨਨੈਸ 'ਤੇ ਕੁਛ ਜ਼ਿਆਦਾ ਡਾਊਟ ਸੀਗਾ ਨਿਊ ਰਿਲੇਸ਼ਨ ਦੀ ਅਤੇ ਉਹਦੇ ਕੁਸ਼ਚਨਸ ਵੀ ਮਤਲਬ ਥੋੜ੍ਹੇ ਇੱਦਾਂ ਸੀਗੇ ਪੋਜ਼ਿਟਿਵ ਸੀਗੇ ਫਿਰ ਅਸੀਂ ਕਿੱਧਰੇ ਘੁੰਮਣ ਗਏ ਹੋ ਫਿਰ ਜੋ ਜਿੱਦਾਂ ਤੁਸੀਂ ਕਿਹਾ ਸੀ ਕਿ ਫੋਟੋਗ੍ਰਾਫਸ ਲੈ ਕੇ ਜਾਇਓ ਬਿਕੋਜ਼ ਸਾਨੂੰ ਡਾਕੂਮੈਂਟ ਰਿਕੁਐਸਟ ਕੋਈ ਵੀ ਨਹੀਂ ਸੀ ਬਿਲਕੁਲ ਵੀ ਨਹੀਂ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਡਾਕੂਮੈਂਟਸ ਨੋਟ ਐਪਲੀਕੇਬਲ ਅਤੇ ਮੇਰੇ ਹਸਬੈਂਡ ਨੇ ਜਿੱਦਾਂ ਕਿਹਾ ਕਿ ਹਾਂ ਅਸੀਂ ਗਏ ਸੀ ਘੁੰਮਣ ਇੱਥੇ ਇੱਥੇ ਇਫ ਯੂ ਨੀਡ ਫੋਟੋਗ੍ਰਾਫਸ ਆਈ ਕੈਨ ਗਿਵ ਇਟ ਟੂ ਯੂ ਐਂਡ ਉਹਨਾਂ ਨੇ ਕਿਸੇ ਵੀ ਫੋਟੋਗ੍ਰਾਫਰ ਨੂੰ ਨੋ ਨਹੀਂ ਕੀਤੀ ਕਿ ਜਿੱਦਾਂ ਮਤਲਬ ਜਿੱਦਾਂ ਕਿਹਾ ਕਿ ਅਸੀਂ ਇੱਥੇ ਘੁੰਮਣ ਗਏ ਹਾਂ ਲੇਕ ਤਾਹੋ ਘੁੰਮਣ ਗਏ ਹਾਂ ਅਤੇ ਉਹਨਾਂ ਨੇ ਕਿਹਾ ਕਿ ਫੋਟੋਜ਼ ਹੈਗੀਆਂ ਮੇਰੇ ਕੋਲ ਮੇਰੇ ਹਸਬੈਂਡ ਕਹਿੰਦੇ ਐਂਡ ਹੀ ਵਾਸ ਲਾਈਕ ਓਕੇ ਸ਼ੋ ਮੀ ਫੋਟੋਜ਼ ਦੇਖੀਆਂ ਐਂਡ ਉਹ ਲਾਈਕ ਇਨਸਾਨ ਬਹੁਤ ਕਨੈਕਟ ਕਰ ਪਾ ਰਿਹਾ ਸੀ ਇਟ ਵਾਜ਼ ਨੋਟ ਲਾਈਕ ਐਨ ਇੰਟਰਵਿਊ ਇਟ ਵਾਜ਼ ਲਾਈਕ ਅ ਕਨਵਰਸੇਸ਼ਨ ਵਿਦ ਮਾਈ ਹਸਬੈਂਡ ਐਂਡ ਮਾਈ ਹਸਬੈਂਡ ਵਾਜ਼ ਸੇਇੰਗ ਕਿ ਉਹ ਇੱਦਾਂ ਕਹਿ ਰਿਹਾ ਸੀ ਕਿ ਉਹ ਇਟਸ ਅ ਨਾਈਸ ਪਲੇਸ ਮੇਰਾ ਵੀ ਪਲੈਨ ਆ ਉੱਥੇ ਜਾਣ ਦਾ ਇਨ ਫਿਊਚਰ ਮਤਲਬ ਕੁਛ ਫੋਟੋਗ੍ਰਾਫ ਸਾਡੀਆਂ ਸੀਗੀਆਂ ਕਿ ਕਹਿ ਲਓ ਅਸੀਂ ਜਿੱਦਾਂ ਸ਼ਿਪ ਤੇ ਗਏ ਸੀਗੇ ਹੈ ਨਾ ਉਹ ਫੋਟੋਗ੍ਰਾਫ ਮੈਂ ਅਤੇ ਮੇਰੇ ਹਸਬੈਂਡ ਅਤੇ ਉਹ ਰਿਲੇਟ ਕਰ ਰਹੇ ਸੀ ਉਹਨਾਂ ਚੀਜ਼ਾਂ ਨੂੰ ਕਿ ਓਕੇ ਮੈਂ ਵੀ ਆਹ ਕਰਨਾ ਚਾਹੁੰਦਾ ਹਾਂ ਲਾਈਕ ਮੈਂ ਇੱਥੇ ਜਾਣਾ ਚਾਹੁੰਦਾ ਹਾਂ ਅਤੇ ਉਸ ਚੀਜ਼ ਨਾਲ ਇੱਕ ਪੋਜ਼ਿਟਿਵਿਟੀ ਵੀ ਮਿਲ ਰਹੀ ਸੀਗੀ ਮੇਰੇ ਹਸਬੈਂਡ ਨੂੰ ਵੀ ਅਤੇ ਬਾਕੀ ਉਹਨਾਂ ਨੇ ਜਿੱਦਾਂ ਇੱਕ ਰੋਕੇ ਵਾਲਾ ਸਾਡਾ ਜਿੱਦਾਂ ਹੋਇਆ ਸੀਗਾ ਅਤੇ ਉਹ ਫੋਟੋਗ੍ਰਾਫਸ ਅਸੀਂ ਐਲਬਮ ਸੀਗੀ ਸਾਡੇ ਕੋਲ ਅਤੇ ਉਹ ਫੋਟੋਗ੍ਰਾਫਸ ਜਿੱਦਾਂ ਉਹਨੇ ਦੇਖੀਆਂ ਇੱਕ ਪਹਿਲੀਆਂ ਤਿੰਨ ਚਾਰ ਪੇਜਸ ਤੇ ਸਿਰਫ ਸਾਡੀਆਂ ਦੋਨਾਂ ਦੀਆਂ ਫੋਟੋਗ੍ਰਾਫਸ ਆ ਉਦੋਂ ਉਹਨੇ ਕੁਛ ਰਿਐਕਟ ਨਹੀਂ ਕੀਤਾ ਇਮੋਸ਼ਨਲੈਸ ਸੀਗਾ ਯੈਸ ਨੋ ਕੁਛ ਨਹੀਂ ਫੋਰਥ ਫਿਫਥ ਪੇਜ ਤੇ ਜਾ ਕੇ ਫੈਮਲੀ ਸਟਾਰਟ ਹੁੰਦੀ ਆ ਜਿੱਦਾਂ ਆਉਣੀ ਕਿ ਮੇਰੇ ਪੇਰੈਂਟਸ ਫਿਰ ਮਤਲਬ ਮੇਰੇ ਹਸਬੈਂਡ ਦੇ ਪੇਰੈਂਟਸ ਐਂਡ ਆਲ ਦੈਟ ਅਤੇ ਉੱਥੇ ਉਹਨਾਂ ਨੇ ਕਿਹਾ ਕਿ ਅੱਛਾ ਆਹ ਕੌਣ ਆਹ ਕੌਣ ਆ ਮੇਰੇ ਹਸਬੈਂਡ ਜਿੱਦਾਂ ਦੱਸ ਰਹੇ ਸੀ ਨਾਮ ਲੈ ਰਹੇ ਸੀਗੇ ਕਿ ਆਹ ਜਿੱਦਾਂ ਸਾਡਾ ਆਹ ਰਿਸ਼ਤੇਦਾਰ ਆ ਉਹ ਕਹਿੰਦੇ ਨਾਮ ਨਹੀਂ ਦੱਸਣ ਦੀ ਮੈਨੂੰ ਲੋੜ ਹੈਗੀ ਜਸਟ ਤੁਸੀਂ ਨੋਰਮਲੀ ਦੱਸੋ ਕਿ ਆਹ ਕਿੱਦਾਂ ਕਿੱਦਾਂ ਕੀ ਹੋ ਰਿਹਾ ਆ ਤੇ ਇੱਕ ਵਾਰੀ ਉਹਨਾਂ ਨੂੰ ਦੱਸਿਆ ਜਦੋਂ ਨੈਕਸਟ ਪੇਜ ਆਇਆ ਉਹ ਆਪਣੇ ਆਪ ਹੀ ਕਹਿਣ ਲੱਗ ਪਏ ਅੱਛਾ ਆਹ ਤੁਹਾਡੇ ਵਾਈਫ ਦੇ ਫਾਦਰ ਨੇ ਆਹ ਤੁਹਾਡੀ ਵਾਈਫ ਦੇ ਮਦਰ ਨੇ ਜਿੱਦਾਂ ਬਹੁਤ ਇੰਟਰਸਟ ਲੈ ਕੇ ਜਿੱਦਾਂ ਉਹ ਸੁਣ ਰਹੇ ਸੀ ਆਫਿਸਰ ਅਤੇ ਜ਼ਿਆਦਾ ਨਹੀਂ ਜਿੱਦਾਂ ਉਹਨਾਂ ਥੋੜ੍ਹੀਆਂ ਫੋਟੋਗ੍ਰਾਫਸ ਦੇਖੀਆਂ ਐਂਡ ਦੈਨ ਇੰਗੇਜਮੈਂਟ ਦੀ ਫੋਟੋ ਸੀਗੀਆਂ ਮਾਈ ਹਸਬੈਂਡ ਸੈਡ ਕਿ ਮੇਰੇ ਕੋਲ 500 ਤੱਕ ਫੋਟੋਗ੍ਰਾਫਸ ਹੈਗੀਆਂ ਨੇ ਬਟ ਜੋ ਹੁਣ ਇੰਗੇਜਮੈਂਟ ਦੀ ਜੋ ਐਲਬਮ ਆ ਪ੍ਰੋਪਰ ਉਹ ਮੇਰੇ ਮਦਰ ਲੈ ਗਏ ਹੋਏ ਆ ਇੰਡੀਆ ਅਤੇ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਦਿਖਾਉਣੀ ਸੀਗੀ ਬਟ ਮੇਰੇ ਕੋਲ ਉਹ ਹੈਗੀ ਆ ਪ੍ਰੋਪਰ ਰਿਸੀਟ ਹੈਗੀ ਆ ਜਿਹੜੀ ਆਪਾਂ ਬੁੱਕ ਕਰਵਾਇਆ ਸੀਗਾ ਨਾ ਅਤੇ ਉਹ ਕਹਿੰਦਾ ਕਿ ਮੈਨੂੰ ਇੰਨੀਆਂ ਨਹੀਂ ਚਾਹੀਦੀਆਂ ਤੁਸੀਂ ਬਸ ਥੋੜ੍ਹੀਆਂ ਬਹੁਤ ਮੈਨੂੰ ਦਿਖਾਓ ਅਤੇ ਉਹਨਾਂ ਨੇ ਉਹ ਦੇਖਿਆ ਦੇਣ ਕਿ ਤੁਸੀਂ ਕਿੱਦਾਂ ਕਨਵਰਸੇਸ਼ਨ ਆਪਸ ਦੇ ਵਿੱਚ ਕਰਦੇ ਹੋ ਕਮਿਊਨੀਕੇਟ ਕਿੱਦਾਂ ਕਰਦੇ ਹੋ ਦੈਨ ਵੀ ਸੈਡ ਕਿ ਵੀਡੀਓ ਕਾਲਸ ਐਂਡ ਫੋਨ ਕਾਲਸ ਉਹ ਵੀ ਅਸੀਂ ਜਦੋਂ ਅਸੀਂ ਕਿਹਾ ਸੀ ਕਿ ਸਭ ਕੁਛ ਲੈ ਕੇ ਜਾਇਓ ਕਿ ਜਿਹਦੀ ਤੁਹਾਡਾ ਹੈਗਾ ਆ ਭਾਵੇਂ ਲੱਗਿਆ ਹੋਇਆ ਫਾਈਲ ਦੇ ਵਿੱਚ ਫਿਰ ਵੀ ਲੈ ਕੇ ਜਾਇਓ ਐਂਡ ਮਾਈ ਹਸਬੈਂਡ ਸੈਡ ਕਿ ਮੇਰੇ ਕੋਲ ਹੈਗਾ ਪਰੂਫ ਕਿ ਜੇ ਤੁਸੀਂ ਕਹਿੰਦੇ ਨੋ ਆਈ ਡੋਂਟ ਨੀਡ ਦੈਟ ਕਿ ਮੈਨੂੰ ਉਹ ਚਾਹੀਦਾ ਨਹੀਂ ਹੈਗਾ ਐਂਡ ਦੈਨ ਉਹਨਾਂ ਨੂੰ ਪੁੱਛ ਰਹੇ ਸੀਗੇ ਕਿ ਤੁਸੀਂ ਫਿਰ ਕਹਿੰਦੇ ਓਨੈਸਟਲੀ ਤੁਸੀਂ ਦੱਸੋ ਕਿ US ਪ੍ਰੈਫਰ ਕਰੋਗੇ ਕਿ ਕੈਨੇਡਾ ਪ੍ਰੈਫਰ ਕਰੋਗੇ ਦੈਨ ਮਾਈ ਹਸਬੈਂਡ ਸੈਡ ਕਿ ਨਹੀਂ ਮੈਂ ਮਤਲਬ US ਕਰੂੰਗਾ ਮੈਂ ਕੈਨੇਡਾ ਆਪਣੀ ਵਾਈਫ ਲਈ ਸਿਰਫ ਜਾ ਰਿਹਾ ਹਾਂ ਮਤਲਬ ਅਸੀਂ ਫੈਮਲੀ ਸਟਾਰਟ ਕਰਨੀ ਆ ਸਾਡਾ ਹੁਣ ਏਜ ਇੱਕ ਹੋ ਗਿਆ ਆ ਸਹੀ ਇੱਕ ਪ੍ਰੋਪਰ ਏਜ ਆ ਅਤੇ ਹੀ ਵਾਜ਼ ਲਾਈਕ ਹੱਸਣ ਲੱਗ ਗਿਆ ਕਿ ਹਾਂ ਹਾਂ ਓਕੇ ਕਿ ਆਈ ਅੰਡਰਸਟੈਂਡ ਕਿ ਤੁਹਾਡੀ ਫੈਮਲੀ ਇੱਥੇ ਆ ਅਤੇ ਤੁਸੀਂ ਮਤਲਬ ਇੱਥੇ ਰਹਿਣਾ ਹੀ ਪ੍ਰੈਫਰ ਕਰੋਗੇ ਨਾ ਅਤੇ ਬਸ ਇੰਨੀ ਕੁ ਕਨਵਰਸੇਸ਼ਨ ਸੀਗੀ ਉਹਦੇ ਵਿੱਚ ਕੁਛ ਇੱਦਾਂ ਦਾ ਨੈਗੇਟਿਵ ਕਿਧਰੇ ਵੀ ਨਹੀਂ ਮੇਰੇ ਹਸਬੈਂਡ ਕਹਿੰਦੇ ਕਿ ਮੈਨੂੰ ਫੀਲ ਹੋਇਆ ਆਈ ਥਿੰਕ ਅਬਾਊਟ 20 ਮਿੰਟਸ ਦੀ ਸੀਗੀ ਇੰਟਰਵਿਊ ਅਤੇ ਉਹਦੇ ਵਿੱਚ ਇੱਦਾਂ ਸੀਗਾ ਕਹਿੰਦੇ ਕਿ ਮੈਨੂੰ ਬੜਾ ਕੰਫਰਟ ਫੀਲ ਹੋ ਰਿਹਾ ਸੀਗਾ ਕਿ ਜਿੱਦਾਂ ਉਸ ਬੰਦੇ ਨੇ ਫਿਰ ਐਂਡ 'ਤੇ ਇਹ ਕਿਹਾ ਕਿ ਤੁਸੀਂ ਨਾ ਆਪਣੀ ਵਾਈਫ ਨੂੰ ਕੰਗਰੈਚੁਲੇਟ ਕਰੋ ਮੇਰੇ ਵੱਲੋਂ ਕੰਗਰੈਚੁਲੇਟ ਕਰ ਦਿਓ ਬਟ ਮੇਰੇ ਵੱਲੋਂ ਸੋਰੀ ਵੀ ਬੋਲ ਦਿਓ ਕਿ ਆਲ ਦਾ ਵੇ ਉਹ ਤੁਹਾਡੇ ਕੋਲ ਆਇਆ ਬਟ ਮੈਂ ਇਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਦਾ ਕਿ ਉਹ ਤੁਹਾਡੇ ਕੋਲ ਆਇਆ ਅਤੇ ਉਸ ਚੀਜ਼ ਨਾਲ ਜਿੱਦਾਂ ਕਹਿ ਲਓ ਕਿ ਇੰਪੈਕਟ ਉਹਦੇ ਉੱਤੇ ਬੜਾ ਪੋਜ਼ਿਟਿਵ ਪਿਆ ਕਿ ਹਾਂ ਬਈ ਦੇ ਰੀਲੀ ਵਾਂਟ ਅਤੇ ਬਸ ਇੰਨਾ ਸੀਗਾ ਐਂਡ ਆਫਟਰ ਦੈਟ ਉਹਨਾਂ ਨੇ ਮੇਰੇ ਹਸਬੈਂਡ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸਾਰਾ ਕੁਛ ਨੋਟ ਡਾਊਨ ਕਰ ਲਿਆ ਆ ਅਤੇ ਤੁਹਾਡਾ ਮੈਂ ਸਿਸਟਮ ਦੇ ਵਿੱਚ ਕਰ ਦਾਂਗਾ ਅਪਲੋਡ ਜੋ ਵੀ ਹੈਗਾ ਮੇਰੇ ਵੱਲੋਂ ਇਟਸ ਯੈਸ ਇਟਸ ਅਪਰੂਵਡ ਸੇ ਕੰਗਰੈਚੁਲੇਸ਼ਨ ਟੂ ਹਰ ਅਤੇ ਆਈ ਨੋ ਇਟਸ ਨੋਟ ਈਜ਼ੀ ਕਿ ਆਲ ਦਾ ਵੇ ਫਲਾਈ ਕਰਕੇ ਆਉਣਾ ਆਪਣਾ ਕੰਮ ਛੱਡ ਕੇ ਆਉਣਾ ਅਤੇ ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਲਾਈਕ ਕਾਫੀ ਇੱਕ ਮਾਇੰਡ ਦੇ ਵਿੱਚ ਬਣਾ ਲਿਆ ਕਿ ਇੱਕ ਕਾਫੀ ਪੁਰਾਣਾ ਰਿਲੇਸ਼ਨ ਆ ਦੇਰ ਇਜ਼ ਨਥਿੰਗ ਜੇ ਤੇ ਆਪਾਂ ਜੈਨੂਨੈਸ ਚੈੱਕ ਕਰੀਏ ਬਟ ਉਹਨਾਂ ਨੇ ਐਂਡ ਜੋ ਇੱਕ ਆਪਾਂ ਕਹਿੰਦੇ ਕਲਚਰਲ ਵੈਡਿੰਗ ਦਾ ਇੱਕ ਇਸ਼ੂ ਹੁੰਦਾ ਨਾ ਮੋਸਟਲੀ ਇੰਡੀਆ ਦੇ ਵਿੱਚ ਸਾਨੂੰ ਉਸ ਚੀਜ਼ ਦਾ ਬੜਾ ਡਾਊਟ ਸੀ ਬਿਕੋਜ਼ ਕਲਚਰਲ ਵੈਡਿੰਗ ਨਹੀਂ ਸੀ ਸਾਡੀ ਉਸ ਇਨਸਾਨ ਨੇ ਪੁੱਛਿਆ ਹੀ ਨਹੀਂ ਸਾਨੂੰ ਕਲਚਰਲ ਵੈਡਿੰਗ ਦਾ ਉਹਦਾ ਕੁਐਸਚਨ ਸੀਗਾ ਕਿ ਤੁਹਾਡੀ ਮੈਰਿਜ ਰਜਿਸਟਰ ਕਿਸ ਦਿਨ ਹੋਈ ਹੈ ਸਿਰਫ ਇਹ ਕੁਐਸਚਨ ਸੀਗਾ ਐਂਡ ਉੱਥੇ ਕੌਣ ਕੌਣ ਸੀਗਾ ਉਹ ਦੱਸਿਆ ਐਂਡ ਬਿਕੋਜ਼ ਮੇਰੇ ਹਸਬੈਂਡ ਦੀ ਫੈਮਲੀ ਆ ਉੱਥੇ ਉਸ ਚੀਜ਼ ਦਾ ਵੀ ਇੱਕ ਬਹੁਤ ਪੋਜ਼ਿਟਿਵ ਜਿਹਾ ਹੋ ਗਿਆ ਕਿ ਐਂਡ ਆਫਿਸਰ ਸੈਡ ਕਿ ਗੁੱਡ ਥਿੰਗ ਇਜ਼ ਕਿ ਤੁਹਾਡੇ ਦੋਨਾਂ ਦੇ ਪੇਰੈਂਟਸ ਜਿੱਦਾਂ ਵੀ ਇਨਵੋਲਵ ਹੋ ਸਕਦੇ ਸੀ ਇਸ ਰਿਲੇਸ਼ਨ 'ਚ ਹੋਏ ਆ ਕਿ ਅਗਰ ਉਹ ਇੱਥੇ ਨਹੀਂ ਸੀ ਆ ਸਕਦੇ ਤਾਂ ਉਹਨਾਂ ਨੇ ਮਤਲਬ ਅਗਰ ਇੰਡੀਆ ਇੱਕ ਫੰਕਸ਼ਨ ਥਰੋ ਕਰ
ਐਂਡ ਬਾਅਦ ਵਿੱਚ ਜਦੋਂ ਮੇਰੇ ਹਸਬੈਂਡ ਕਹਿੰਦੇ ਉਹਨਾਂ ਨੇ ਕਲੋਜ਼ ਕਰਤਾ ਆਪਣਾ ਸਿਸਟਮ ਆਪਣੇ ਵੱਲੋਂ ਕਿ ਮੈਂ ਸਿਸਟਮ ਦੇ ਵਿੱਚ ਪਾ ਦੂੰਗਾ ਮੇ ਬੀ ਅੱਜ ਜਾਂ ਕੱਲ੍ਹ ਤੁਹਾਨੂੰ ਇੱਕ ਈਮੇਲ ਰਿਸੀਵ ਹੋਏਗੀ ਸਾਡੇ ਵੱਲੋਂ ਐਂਡ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਮੈਡੀਕਲ ਹੋ ਗਿਆ ਆ ਅਤੇ ਤੁਹਾਡੇ ਬਾਇਓਮੈਟ੍ਰਿਕਸ ਡਨ ਆ ਮੈਂ ਹਸਬੈਂਡ ਸੈਡ ਕਿ ਯੈਸ ਅਤੇ ਫਿਰ ਉਹ ਸਮਝਾਉਣ ਲੱਗ ਪਏ ਸਾਰਾ ਸਿਸਟਮ ਕਲੋਜ਼ ਕਰਕੇ ਕਿ ਤੁਸੀਂ ਮਤਲਬ ਅਕੋਰਡਿੰਗ ਟੂ ਮਾਈ ਹਸਬੈਂਡ ਕਿ ਉਹ ਜਿਹੜੀ ਕਨਵਰਸੇਸ਼ਨ ਸੀ ਜਸਟ ਇੱਕ ਕਨਵਰਸੇਸ਼ਨ ਸੀਗੀ ਜਿੱਦਾਂ ਮੈਨੂੰ ਇੱਕ ਆਈਡੀਆ ਦੇ ਰਹੇ ਸੀਗੇ ਕਿ ਇੱਦਾਂ ਇੱਦਾਂ ਤੁਸੀਂ ਲੈਂਡ ਕਰੋਗੇ ਕੈਨੇਡਾ ਤੁਹਾਡਾ ਆਹ ਵਾਲਾ ਵੀਜ਼ਾ ਲੱਗੇਗਾ ਇੰਨੀ ਦੇਰ ਤੱਕ ਵੈਲਿਡ ਹੋਏਗਾ ਫਿਰ ਤੁਸੀਂ ਕੰਟਰੀ ਲੀਵ ਨਾ ਕਰਿਓ ਅਜੇ ਕੰਟਰੀ ਲੀਵ ਉਦੋਂ ਕਰਨੀ ਆ ਜਦੋਂ ਤੁਹਾਨੂੰ ਪੀਆਰ ਕਾਰਡ ਮਿਲ ਗਿਆ ਸੋ ਹਾਂ ਇਸ ਤਰ੍ਹਾਂ ਸਾਰਾ ਕੁਛ ਹੋਇਆ ਆਈ ਥਿੰਕ ਆਈ ਕਵਰਡ ਆਲ ਦ ਪੁਆਇੰਟਸ ਜਿੰਨਾ ਮੈਨੂੰ ਇੱਕ ਬਾਹਰ ਆ ਕੇ ਪਤਾ ਲੱਗਾ ਉਹਨਾਂ ਤੋਂ ਐਂਡ ਮਾਈ ਹਸਬੈਂਡ ਵਾਸ ਲਾਈਕ ਕਿ ਮੈਂ ਜਿੰਨਾ ਅਸੀਂ ਨਰਵਸ ਸੀਗੇ ਐਕਚੁਅਲੀ ਤਿਆਰੀ ਹੀ ਇੰਨੀ ਜ਼ਿਆਦਾ ਸੀਗੀ ਸਾਡੀ ਜਿਹੜੀ ਚੀਜ਼ ਦੀ ਸਾਨੂੰ ਇੱਕ ਲੱਗਦਾ ਸੀ ਕਿ ਇਹ ਪੁਆਇੰਟ ਹੋ ਸਕਦਾ ਅਸੀਂ ਉਹਦੀ ਬਹੁਤ ਹੀ ਜ਼ਿਆਦਾ ਡੈਪਥ ਵਿੱਚ ਚਲੇ ਗਏ ਸੀ ਕਿ ਉਸ ਟਾਈਮ ਤਾਂ ਲੱਗਦਾ ਸੀ ਕਿ ਪਤਾ ਨਹੀਂ ਕਿੰਨਾ ਔਖਾ ਆ ਨਾ ਮੇਰੇ ਹਸਬੈਂਡ ਕਹਿ ਰਹੇ ਸੀ ਕਿ ਇਹ ਕੁਸ਼ਚਨ ਪੁੱਛੇ ਆ ਤੇ ਬਹੁਤ ਈਜ਼ੀ ਸੀ ਐਂਡ ਆਈ ਵਾਸ ਲਾਈਕ ਕਿ ਇਹ ਕੁਸ਼ਚਨ ਅਸੀਂ ਪ੍ਰਿਪੇਅਰ ਕੀਤੇ ਸੀਗੇ ਸਾਨੂੰ ਤਾਂ ਈਜ਼ੀ ਲੱਗਿਆ ਆਫਿਸਰ ਆਸਕਡ ਅਬਾਊਟ ਮਾਈ ਸਟੱਡੀ ਜਦਕਿ ਮੈਂ ਪੀ ਆਰ ਹਾਂ ਸਟਿਲ ਉਹਨਾਂ ਨੇ ਸਟੱਡੀ ਪੁੱਛੀ ਕਿਹੜੀ ਸਟੱਡੀ ਕੀਤੀ ਆ ਕੋਰਸ ਕਿਹੜਾ ਸੀ ਪਰਟੀਕੁਲਰਲੀ ਹੈ ਨਾ ਉਹ ਪੁੱਛਿਆ ਐਂਡ ਦੈਨ ਹੀ ਆਸਕਡ ਅਬਾਊਟ ਕਿਹੜਾ ਕਾਲਜ ਸੀਗਾ ਐਂਡ ਮਾਈ ਹਸਬੈਂਡ ਸੈਡ ਕਿ ਆਹ ਕਾਲਜ ਸੀ ਹੀ ਵਾਸ ਲਾਈਕ ਓ ਓ ਆਈ ਨੋ ਦੈਟ ਕਾਲਜ ਅਤੇ ਬਸ ਐਂਡ ਤੁਹਾਡੀ ਵਾਈਫ ਦਾ ਕੋਈ ਅੱਗੋਂ ਸਿਟੀਜ਼ਨਸ਼ਿਪ ਦਾ ਪਲਾਨ ਹੈ ਉਹ ਪੁੱਛਿਆ ਉਹਨਾਂ ਨੇ ਅਤੇ ਉਹ ਅਸੀਂ ਐਕਚੁਅਲੀ ਮਾਰਨਿੰਗ ਸਵੇਰੇ ਜਦੋਂ ਅਸੀਂ ਜਾ ਹੀ ਰਹੇ ਸੀ ਆਫਿਸ 'ਚ ਅਤੇ ਇੱਕ ਰੈਂਡਮ ਇੱਕ ਹਸਬੈਂਡ ਵਾਈਫ ਦੀ ਡਿਸਕਸ਼ਨ ਕਰ ਰਹੇ ਸੀ ਕਿ ਮੇਰੀ ਇਸ ਮਤਲਬ ਇਸ ਈਅਰ ਦੇ ਐਂਡ ਵਿੱਚ ਨਾ ਮੈਂ ਐਲੀਜੀਬਲ ਹੋ ਜਾਣਾ ਆ ਫਲਾਣੇ ਮੰਥ ਵਿੱਚ ਸਿਟੀਜ਼ਨਸ਼ਿਪ ਲਈ ਤਾਂ ਮੇਰੇ ਹਸਬੈਂਡ ਦੇ ਮਾਇੰਡ 'ਚ ਕਿਤੇ ਫਰੈਸ਼ ਹੀ ਪਿਆ ਹੋਇਆ ਸੀ ਐਂਡ ਇਮੀਡੀਏਟਲੀ ਉਹਨੇ ਕਿਹਾ ਯੈਸ ਦਿਸ ਮੰਥ ਸ਼ੀ ਇਜ਼ ਐਲੀਜੀਬਲ ਐਂਡ ਮਤਲਬ ਕਿਧਰੇ ਵੀ ਮੈਨੂੰ ਲੱਗਦਾ ਆਫਿਸਰ ਨੂੰ ਇੱਦਾਂ ਨਹੀਂ ਲੱਗਾ ਕਿ ਮੈਂ ਕਲੋਜ਼ ਕੁਸ਼ਚਨਿੰਗ ਹੋਰ ਕਰਾਂ ਜਾਂ ਮੈਂ ਹੋਰ ਪੁੱਛਾਂ ਬਟ ਉਸ ਉਹਨਾਂ ਨੇ ਬਹੁਤ ਇਸ ਚੀਜ਼ ਨੂੰ ਫੀਲ ਕੀਤਾ ਕਿ ਆਈ ਐਮ ਹੇਅਰ ਮੈਂ ਸਪੈਸ਼ਲੀ ਆਈ ਹਾਂ ਅਪਲਾਈ ਕਰਕੇ ਐਂਡ ਉਸ ਚੀਜ਼ ਉਹਨਾਂ ਨੇ ਇੱਕ ਦੋ ਵਾਰ ਮਤਲਬ ਅਪੋਲੋਜਾਈਜ਼ ਵੀ ਕੀਤਾ ਕਿ ਉਹਨਾਂ ਨੂੰ ਆਉਣਾ ਪਿਆ ਆਈ ਐਮ ਰੀਅਲੀ ਸੋਰੀ ਕਿ ਆਈ ਨੋ ਇਟਸ ਨੋਟ ਈਜ਼ੀ ਉਹਨਾਂ ਨੇ ਆਫ ਲਿਆ ਹੋਣਾ ਆ ਜਾਂ ਇੱਦਾਂ ਟਰੈਵਲ ਕੀਤਾ ਹੋਣਾ ਆ ਸੋ ਯਾ ਸੋ ਵੀ ਆਰ ਵੇਟਿੰਗ ਫੋਰ ਦਾ ਪਾਸਪੋਰਟ ਰਿਕੁਐਸਟ ਅਫਕੋਰਸ ਬਟ ਜੋ ਉਹਨਾਂ ਨੇ ਜਿੱਦਾਂ ਮੇਰੇ ਹਸਬੈਂਡ ਨੂੰ ਮੈਂ ਪੁੱਛ ਰਹੀ ਸੀ ਕਿ ਆਰ ਯੂ ਸ਼ੋਰ ਕਹਿੰਦਾ ਮੈਂ 200% ਸ਼ੋਰ ਹਾਂ ਕਿ ਆਫਿਸਰ ਤਾਂ ਮੇਰੇ ਨਾਲ ਗੱਲਾਂ ਕਰ ਰਿਹਾ ਸੀਗਾ ਕਿ ਇੱਕ ਜਿੱਦਾਂ ਇੱਕ ਆਪਾਂ ਨੋਰਮਲ ਹੋ ਜਾਂਦੇ ਹਾਂ ਦੋਨੋਂ ਕਿ ਬਹੁਤ ਕੋਈ ਇੱਦਾਂ ਨਹੀਂ ਲੱਗ ਰਿਹਾ ਸੀ ਕਿ ਇਜ਼ ਜਜਿੰਗ ਮੀ ਅਤੇ ਉਹਨਾਂ ਨੇ ਸਟਾਰਟਿੰਗ 'ਚ ਕਿਹਾ ਕਿ ਕੰਫਰਟੇਬਲ ਹੋ ਕੇ ਬੈਠੋ ਅਤੇ ਉਹਨਾਂ ਨੇ ਥੋੜ੍ਹੀ ਮੇਰੇ ਹਸਬੈਂਡ ਦੀ ਇੱਕ ਹਿਸਟਰੀ ਜ਼ਰੂਰ ਪੁੱਛੀ ਆ ਐਂਡ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਿੱਦਾਂ ਦੇ ਕੇਸ ਸਾਡੇ ਕੋਲ ਆਉਂਦੇ ਆ ਬਟ ਤੁਹਾਡਾ ਰਿਲੇਸ਼ਨ ਜੀ ਕਾਫੀ ਮਤਲਬ ਪੁਰਾਣਾ ਆ ਐਂਡ ਉਹਨਾਂ ਨੇ ਇੱਕ ਫੀਲ ਵੀ ਕੀਤਾ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਬਹੁਤ ਦੂਰ ਰਹਿ ਰਹੇ ਹਾਂ ਇਟਸ ਹਾਈ ਟਾਈਮ ਕਿ ਅਸੀਂ ਮਿਲੀਏ ਇਕੱਠੇ ਹੋਈਏ ਸਾਡੀ ਏਜ ਦਾ ਜਿੱਦਾਂ ਮੇਰੇ ਹਸਬੈਂਡ ਕਹਿੰਦੇ ਕਿ ਉਹਦੀ 27 ਹੋ ਗਿਆ ਮੇਰੀ 29 ਹੋ ਗਿਆ ਸਾਡੀ ਡਿਜ਼ਾਇਰ ਆ ਕਿ ਹੁਣ ਅਸੀਂ ਫੈਮਲੀ ਇਕੱਠੇ ਰਹਿ ਕੇ ਸਟਾਰਟ ਕਰੀਏ ਕਿ ਅਸੀਂ ਦੂਰ ਦੂਰ ਆਲਰੇਡੀ ਲੌਂਗ ਡਿਸਟੈਂਸ ਦੇ ਵਿੱਚ ਰਹਿ ਰਹੇ ਹਾਂ ਐਂਡ ਉਸ ਚੀਜ਼ ਉਹ ਕਨੈਕਟ ਕਰ ਰਿਹਾ ਸੀ ਮਤਲਬ ਹਰ ਇੱਕ ਚੀਜ਼ ਨਾਲ ਹੀ ਵਾਸ ਨੋਟ ਜਸਟ ਲਿਸਨਿੰਗ ਹੀ ਵਾਸ ਕਨੈਕਟਿੰਗ ਹਿਮਸੈਲਫ ਵਿਦ ਐਵਰੀਥਿੰਗ ਐਂਡ ਆਪ ਆਪਣਾ ਵੀ ਉਹ ਯਾ ਆਈ ਆਲਸੋ ਲਾਈਕ ਦਿਸ ਜਿੱਦਾਂ ਆਫਿਸਰ ਕਹਿ ਰਿਹਾ ਸੀ ਉਹ ਆਈ ਆਲਸੋ ਵਾਂਟ ਦਿਸ ਸੋ ਉਸ ਚੀਜ਼ ਨਾਲ ਸਾਨੂੰ ਬੜਾ ਮਤਲਬ ਪੋਜ਼ਿਟਿਵ ਜਿਹਾ ਮਿਲਿਆ ਜਦੋਂ ਮੇਰੇ ਹਸਬੈਂਡ ਨੀਚੇ ਆਇਆ ਆਈ ਵਾਸ ਆਸਕਿੰਗ ਐਂਡ ਹੀ ਵਾਸ ਲਾਈਕ ਅਪਰੂਵਡ ਮੈਂ ਉਹਨਾਂ ਨੇ ਕਿਹਾ ਵੀ ਆ ਤੁਹਾਨੂੰ ਅਪਰੂਵਡ ਆ ਯੂ ਆਰ ਸੇਇੰਗ ਅਪਰੂਵਡ ਕਹਿੰਦੇ ਨਹੀਂ ਉਹਨਾਂ ਨੇ ਕਿਹਾ ਕਿ ਆਪਣੀ ਵਾਈਫ ਨੂੰ ਕੰਗ੍ਰੈਚੁਲੇਟ ਕਰਿਓ ਸੋ ਇਟ ਮੀਨਸ ਕਿ ਇਟਸ ਅ ਗੁੱਡ ਸਾਈਨ ਐਂਡ ਨੈਕਸਟ ਡੇ ਫਿਰ ਸਾਨੂੰ ਪ੍ਰੇਅਰ ਆਈ ਵਿਲ ਐਂਡ ਫਿਰ ਉਹ ਜਿੱਦਾਂ ਮਤਲਬ ਉਹਨਾਂ ਨੇ ਕਿਹਾ ਕਿ ਇਟਸ ਅ ਗੁੱਡ ਸਾਈਨ ਦੇ ਤੁਹਾਡਾ ਇੰਟਰਵਿਊ ਤੇ ਇਮੀਡੀਏਟਲੀ ਬਾਅਦ ਆ ਗਿਆ ਆਈ ਥਿੰਕ ਦੀਸ ਵਰ ਆਲ ਦ ਕੁਐਸਚਨਸ ਇਫ ਆਈ ਐਮ ਨਾਟ ਮਿਸਿੰਗ ਐਨੀਥਿੰਗ ਸੋ ਆਈ ਹੈਵ ਮੇਡ ਨੋਟਸ ਅਬਾਊਟ ਯੋਰ ਜੋ ਵੀ ਤੁਸੀਂ ਮੈਨੂੰ ਦੱਸਿਆ ਮੈਂ ਨੋਟਸ ਤੁਹਾਡੇ ਬਣਾਏ ਹੋਏ ਆ ਆਮ ਜਸਟ ਗੋਇੰ ਟੂ ਸਮਰਾਈਜ਼ ਇਹ ਕਿੱਦਾਂ ਹੋਇਆ ਕੀ ਕੁਝ ਹੋਇਆ ਨੰਬਰ 1 ਜੀ ਇਹ ਵੀ ਕਿਹਾ ਕਿ ਵੀ ਕਾਫੀ ਕਟਸ ਹੀ ਦਿਖਾਈ ਉਹਨਾਂ ਨੇ ਹਾਂਜੀ ਇੱਕ ਕੈਨੇਡੀਅਨ ਵੀਜ਼ਾ ਆਫੀਸਰ ਦੀ ਇੱਕ ਦੇਖੋ ਖਾਸੀਅਤ ਹੈ ਕਿ ਵੀ ਤੁਹਾਡਾ ਐਗਜ਼ਾਮੀਨੇਸ਼ਨ ਕਰਨਾ ਹੈ ਲੇਕਿਨ ਉਹ ਆਪ ਅਪੋਲੋਜਾਈਜ਼ ਕਰ ਰਿਹਾ ਕਿ ਤੁਹਾਨੂੰ ਤਕਲੀਫ ਹੋ ਰਹੀ ਹੈ ਅਸੀਂ ਤੁਸੀਂ ਤੁਹਾਡਾ ਕਰਨਾ ਕਿੰਨਾ ਕਟਸੀ ਦੇਖੋ ਕਿੰਨੀ ਹੈ ਕਿੰਨੀ ਇੱਕ ਉਹ ਹੈ ਅੰਦਰ ਇੱਕ ਕਸਟਮਰ ਸਰਵਿਸ ਦੀ ਇੱਕ ਫੀਲਿੰਗ ਹੈ ਕੈਨੇਡੀਅਨ ਵੀਜ਼ਾ ਆਫੀਸਰ ਦੂਸਰਾ ਉਹਨਾਂ ਨੇ ਤੁਹਾਨੂੰ ਇਹ ਪੁੱਛਿਆ ਸੀ ਕਿ ਤੁਹਾਡੀ ਰਿਲੇਸ਼ਨਸ਼ਿਪ ਕਿਵੇਂ ਬਿਗਿਨ ਹੋਈ ਕਿੱਦਾਂ ਸਟਾਰਟ ਹੋਇਆ ਇਹ ਤੁਸੀਂ ਇਹ ਵੀ ਆਪਾਂ ਕਵਰ ਕਰ ਚੁੱਕੇ ਸੀ ਪਹਿਲਾਂ ਇਹ ਕਵਰ ਕਰ ਚੁੱਕੇ ਸੀ ਅਸੀਂ ਇਹ ਜਿਸ ਵੇਲੇ ਤੁਹਾਡੇ ਨਾਲ ਵੀ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਆਈ ਡਿਡ ਕਵਰ ਦਿਸ ਤੇ ਫਿਰ ਤੀਸਰਾ ਉਹਨਾਂ ਨੇ ਜੋ ਵੀ ਤੁਹਾਡਾ ਸਟਰਗਲ ਚੱਲਦਾ ਸੀ ਵੀ ਕੰਟੈਕਟ ਕਰਨਾ ਕਿਵੇਂ ਕਰਨਾ ਇੰਨੀ ਦੂਰ ਕਰਕੇ ਕਰਨਾ ਤੇ ਕਿਸ ਤਰ੍ਹਾਂ ਤੁਸੀਂ ਉਹ ਕੰਟੈਕਟ ਰੱਖਦੇ ਹੋ ਕਿਸ ਤਰ੍ਹਾਂ ਮਿਲਦੇ ਜੁਲਦੇ ਹੋ ਮਿਲਣਾ ਜੁਲਣਾ ਇਟ ਇਜ਼ ਅ ਬਿਗ ਚੈਲੰਜ ਟੂ ਸਪੈਂਡ ਮਨੀ ਇਨ ਇਹ ਵੀ ਉਹਨਾਂ ਨੇ ਟੱਚ ਕੀਤਾ ਹੈ ਤੇ ਤੁਹਾਨੂੰ ਮੈਂ ਕਿਹਾ ਸੀ ਕਿ ਵੀ ਤੁਸੀਂ ਅਗਰ ਜੇ ਲੋਡ ਹੋਏਗੀ ਜੇ ਆਪਣਾ ਸਕੂਲ ਸਰਟੀਫਿਕੇਟ ਵਾਲਾ ਲੈ ਜਾਓ ਪਰ ਉਹਨਾਂ ਨੇ ਤੁਹਾਡੇ ਕੋਲ ਹੈ ਤੁਸੀਂ ਲੈ ਕੇ ਗਏ ਲੇਕਿਨ ਤਾਂ ਹੀ ਉਹਨਾਂ ਨੇ ਲੋਡ ਨਹੀਂ ਪਈ ਦੇਖਣ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਲੇ ਕੋਲ ਹੈ ਉਹ ਤੋਂ ਪਤਾ ਲੱਗਦਾ ਕਿ ਵੀ ਇਹਨਾਂ ਦੀ ਸਕੂਲ ਫਰੈਂਡ ਤੋਂ ਦੋਸਤੀ ਚੱਲ ਰਹੀ ਹੈ ਸੋ ਇਟ ਜਸਟ ਬਿਲਡ ਅਪ ਯੂ ਦ ਮੋਮੈਂਟਮ ਕੀ ਹੋ ਰਿਹਾ ਫਿਰ ਤੁਸੀਂ ਇਹ ਵੀ ਦੱਸਿਆ ਕਿ ਵੀ ਤੁਸੀਂ ਚਾਰ ਵਾਰ ਆਪਣੇ ਹਸਬੈਂਡ ਨੂੰ ਵਿਜ਼ਿਟ ਕਰ
ਕਿ ਵੀ ਟਿਪੀਕਲੀ ਐਕਚੁਅਲੀ ਇੰਡੀਆ ਤੋਂ ਵੀ ਕਈ ਵਾਰ ਜਿਹੜੇ ਹਸਬੈਂਡ ਵਾਈਫ ਮੈਨੂੰ ਇਹ ਪੁੱਛਦੇ ਆ ਕਿ ਵੀ ਇਫ ਦਾ ਹਸਬੈਂਡ ਇਜ਼ ਇਨ ਯੂ ਨੋ ਇਫ ਦਾ ਹਸਬੈਂਡ ਇਜ਼ ਇਨ ਇੰਡੀਆ ਤਾਂ ਵਾਈਫ ਅਗਰ ਇਜ਼ ਇਨ ਕੈਨੇਡਾ ਜੈਸੇ ਬਈ ਉਹ ਕੀ ਛੱਡੋ ਕੀ ਕਰਨਾ ਜਾ ਕੇ ਪੈਸਾ ਖਰਾਬ ਹੋ ਗਿਆ ਇੰਡੀਆ ਜਾ ਕੇ ਕੀ ਕਰਨਾ ਜੀ ਵਾਈਫ ਵਿਜ਼ਿਟ ਯੂ ਨੋ ਜਦ ਹੋਏਗੀ ਫਾਇਲ ਦੇਖੀ ਜਾਏਗੀ ਜਿੰਨੀ ਵਾਰ ਹਸਬੈਂਡ ਵਾਈਫ ਇੱਕ ਦੂਜੇ ਨੂੰ ਵਿਜ਼ਿਟ ਕਰਦੇ ਆ ਦੈਟ ਯੂ ਕੈਨ ਅੰਡਰਸਟੈਂਡ ਦੈਟ ਇਜ਼ ਅ ਬਿਗ ਬੋਨਸ ਇਨ ਐਪਲੀਕੇਸ਼ਨ ਯਾ ਯਾ ਚਾਰ ਵਾਰ ਗਏ ਉਹ ਹੀ ਇਜ਼ ਇੰਪ੍ਰੈਸਡ ਦਿਸ ਇਜ਼ ਅ ਬਿਗ ਹੈਵੀ ਵੇਟ ਬੋਨਸ ਇਨ ਯੋਰ ਐਪਲੀਕੇਸ਼ਨ ਫਿਰ ਫੋਟੋਜ਼ ਵੀ ਤੁਹਾਨੂੰ ਮੈਂ ਕਿਹਾ ਸੀ ਫੋਟੋਜ਼ ਜਿੰਨੀ ਤੁਹਾਡੇ ਕੋਲ ਹੋ ਸਕਦੀ ਹੈ ਫੋਟੋਜ਼ ਤੁਸੀਂ ਲੈ ਕੇ ਗਏ ਭਾਵੇਂ ਉਹਨੇ ਨਾ ਦੇਖੀ ਦੱਸ ਕੇ ਬਟ ਹੀ ਨੋਸ ਦੈਟ ਯੂ ਹੈਵ ਦਾ ਫੋਟੋ ਦੈਟਸ ਆਲਸੋ ਅ ਗੁੱਡ ਪੁਆਇੰਟ ਰੋਕਾ ਦੀ ਐਲਬਮ ਵੀ ਦੇਖੀ ਹੈ ਜੇਕਰ ਤੁਸੀਂ ਐਲਬਮ ਨਹੀਂ ਲੈ ਕੇ ਜਾਂਦੇ ਤੇ ਫਿਰ ਤੁਹਾਨੂੰ ਕੀ ਸੀਗਾ ਠੀਕ ਹੈ ਕਿਉਂਕਿ ਦਿਸ ਇਜ਼ ਅ ਇੰਪੋਰਟੈਂਟ ਪਾਰਟ ਆਫ ਸੈਰੇਮਨੀ ਆਫ ਇੰਡੀਅਨ ਮੈਰਿਜ ਤੇ ਫਿਰ ਉਹਨਾਂ ਨੇ ਐਕਸਪਲੇਨੇਸ਼ਨ ਵੀ ਮੰਗੀ ਕਿ ਅੱਛਾ ਇਹ ਹੁੰਦਾ ਕੀ ਆ ਤੁਸੀਂ ਐਕਸਪਲੇਨ ਕਰੋ ਕਿਉਂਕਿ ਮੋਸਟਲੀ ਕਹਿੰਦੇ ਕਿ ਇਹ ਵਾਲਾ ਫੰਕਸ਼ਨ ਅਸੀਂ ਬਹੁਤ ਘੱਟ ਸੁਣਿਆ ਬਿਕਾਜ਼ ਇੰਗੇਜਮੈਂਟ ਹੁੰਦੀ ਆ ਸਿੱਧੀ ਰਾਈਟ ਕਿ ਸਾਡਾ ਸਿਨੈਰੀਓ ਕੁਛ ਅਲੱਗ ਸੀਗਾ ਐਂਡ ਉਹਨੇ ਪ੍ਰੋਪਰ ਐਕਸਪਲੇਨੇਸ਼ਨ ਮੰਗੀ ਐਂਡ ਦੈਨ ਜਿੱਥੇ ਮੇਰੇ ਫਾਦਰ ਮਤਲਬ ਮੇਰੇ ਹਸਬੈਂਡ ਨੂੰ ਲਾਈਕ ਮਿਠਾਈ ਖਵਾ ਰਿਹਾ ਜਾਂ ਉਹਨਾਂ ਦੇ ਮਦਰ ਮੈਨੂੰ ਖਵਾ ਰਿਹਾ ਉਹ ਫੋਟੋ ਸੀ ਉਹਨਾਂ ਨੇ ਡਿਟੇਲ ਜਿਹਦਾ ਐਕਸਪਲੇਨੇਸ਼ਨ ਮੰਗੀ ਕਿ ਇਹ ਕੀ ਹੋ ਰਿਹਾ ਇੰਨਾ ਕੀ ਹੁੰਦਾ ਆ ਸੋ ਉਹ ਸਾਰਾ ਕੁਛ ਐਕਸਪਲੇਨੇਸ਼ਨ ਉਹਨਾਂ ਨੇ ਮੰਗੀ ਯਾ ਇੰਡੀਆ ਦੇਖੋ ਇੰਡੀਆ ਵਾਲੇ ਵੀਜ਼ਾ ਆਫੀਸਰ ਹੈ ਨਾ ਜਿਹੜਾ ਜਿਹਨਾਂ ਦਾ ਰੋਜ਼ ਦਾ ਕੰਮ ਹੈ ਉਹਨਾਂ ਨੂੰ ਤੇ ਪਤਾ ਹੁੰਦਾ ਮੋਰ ਔਰ ਲੈਸ ਲੇਕਿਨ ਹੁਣ ਕੈਨੇਡਾ ਵਿੱਚ ਜਿਹੜੇ ਨਿਊਯਾਰਕ ਕਾਉਂਸਲੇਟ ਵਿੱਚ ਬੰਦਾ ਬੈਠਾ ਹੈ ਉਹਨੇ ਸ਼ਾਇਦ ਇੰਨੇ ਇੰਡੀਅਨ ਮੈਰਿਜਸ ਨਹੀਂ ਦੇਖੀ ਹੋਣਗੀ ਆ ਹੋਪਫੁਲੀ ਮੇ ਬੀ ਹੈਡ ਹੋਮ ਵਰਕ ਬਟ ਆਫਕੋਰਸ ਉਹਦਾ ਬੰਦਾ ਅੱਗੇ ਪੁੱਛਣਾ ਐਨੀਵੇ ਫਿਰ ਦੇਖੋ ਉਹਨਾਂ ਨੇ ਤੁਹਾਡੇ ਫੋਟੋਆਂ ਵਿੱਚ ਰਿਲੇਟਿਵ ਨੂੰ ਰੈਕਗਨਾਈਜ਼ ਕੀਤਾ ਵੀ ਇਹ ਮਦਰ ਹੈ ਇਹ ਫਾਦਰ ਹੈ ਫਲਾਨਾ ਹੈ ਦੇਖੋ ਇੰਟਰਸਟ ਲੈ ਕੇ ਜੇ ਫੋਟੋਆਂ ਹੈ ਤਾਂ ਹੀ ਤਾਂ ਪਤਾ ਜੇ ਅਗਰ ਰਿਲੇਟਿਵ ਅਗਰ ਆਏ ਹੋਏ ਆ ਇਮੈਜਿਨ ਕਰੋ ਕਿ ਕਿਸੇ ਦੇ ਰਿਲੇਟਿਵ ਨਹੀਂ ਆਏ ਫਿਰ ਕੁਛ ਫੀਲਿੰਗ ਉਹ ਹੁੰਦੀ ਹੈ ਠੀਕ ਹੈ ਨਾ ਫਿਰ ਇਸ ਤਰ੍ਹਾਂ ਹੁੰਦਾ ਫਿਰ ਉਹਨਾਂ ਨੇ ਤੁਹਾਨੂੰ ਇਹ ਵੀ ਪੁੱਛਿਆ ਕਿ ਵੀ ਕਿ ਕਿੱਦਾਂ ਤੁਸੀਂ ਮਤਲਬ ਕਿ ਗੱਲਬਾਤ ਕਰਦੇ ਹੋ ਚੈਟਿੰਗ ਜਾਂ ਵਟਸਐਪ ਜਾਂ ਫੋਨ ਤੇ ਕਰਦੇ ਹੋ ਸ਼ਾਇਦ ਪ੍ਰੂਫ ਦੇਖਿਆ ਨਹੀਂ ਲੇਕਿਨ ਉਹਨਾਂ ਨੇ ਜ਼ਰੂਰ ਮਤਲਬ ਕਿ ਤੁਹਾਨੂੰ ਮੈਂ ਕਿਹਾ ਸੀ ਕਿ ਲੈ ਕੇ ਜਾਣਾ ਕੋਈ ਚੈਟਿੰਗ ਲੈ ਕੇ ਗਏ ਲੈ ਕੇ ਗਏ ਸੀ ਕਿ ਨਹੀਂ ਲੈ ਕੇ ਗਏ ਸੀ ਸਭ ਕੁਝ ਲੈ ਕੇ ਗਏ ਸੀ ਜੋ ਤੁਸੀਂ ਮਤਲਬ ਕਿਹਾ ਸੀ ਨਾ ਅਸੀਂ ਇੱਕ ਪ੍ਰੋਪਰ ਫਾਈਲ ਮੈਡੀ ਕੀਤੀ ਸੀ ਦੈਟਸ ਰਾਈਟ ਤੇ ਅਗਲਾ ਦੇਖੋ ਉਹਨਾਂ ਨੇ ਐਪਰੀਸ਼ੀਏਟ ਤੁਹਾਨੂੰ ਇਹ ਵੀ ਕੀਤਾ ਕਿ ਬਈ ਵਾਈਫ ਆਈ ਹੈ ਇੰਨੀ ਦੂਰ ਤੋਂ ਚੱਲ ਕੇ ਅਪਲਾਈ ਕਰਕੇ ਆਈ ਹੈ ਸਪੋਰਟ ਕਰਨ ਲਈ ਕਈ ਵਾਰ ਲੋਕ ਪੈਸੇ ਨਾ ਖਰਚ ਦੇ ਮਾਰੇ ਮਤਲਬ ਉਹ ਕਹਿੰਦੇ ਕਿ ਛੱਡੋ ਕੀ ਕਰਨਾ ਜੇ ਕਿਸੇ ਨੇ ਕੁਛ ਪੁੱਛਣਾ ਹੈ ਤੇ ਫੋਨ ਤੇ ਉਹ ਵੀਜ਼ਾ ਅਫਸਰ ਪੁੱਛ ਸਕਦਾ ਲੇਕਿਨ ਤੁਸੀਂ ਗਏ ਉਹਦੇ ਮਨ ਤੇ ਦਿਮਾਗ ਤੇ ਕਿਤੇ ਕਿੰਨਾ ਜ਼ਿਆਦਾ ਇੱਕ ਇਨਫਲੂਐਂਸ ਹੈ ਕਿ ਬਈ ਵਾਈਫ ਆਈ ਹੈ ਇਹਨੂੰ ਛੱਡ ਕੇ ਅਪਲਾਈ ਕਰਕੇ ਪੈਸਾ ਖਰਚ ਕਰਕੇ ਆਈ ਥਿੰਕ ਆਪਣੀ ਵੈਂਸਡੇ ਗੱਲ ਹੋਈ ਹੋਣੀ ਆ ਤੇ ਸੰਡੇ ਮੈਂ ਚਲੀ ਗਈ ਸੀ ਇਮੀਡੀਏਟਲੀ 4-5 ਦਿਨ ਬਾਅਦ ਬਿਕਾਜ਼ ਟਾਈਮ ਬਹੁਤ ਘੱਟ ਸੀ ਦੈਟਸ ਗੁੱਡ ਫਿਰ ਦੇਖੋ ਕਿ ਹਸਬੈਂਡ ਨੂੰ ਪੁੱਛਦੇ ਆ ਕਿ ਵੀ ਸਪੌਂਸਰ ਦੇ ਬਾਰੇ ਦੈਟ ਇਜ਼ ਅਬਾਊਟ ਯੂ ਕਿ ਵੀ ਵਾਈਫ ਕੀ ਕੰਮ ਕਰਦੀ ਹੈ ਕਿੱਥੇ ਰਹਿੰਦੀ ਹੈ ਕਿੱਥੇ ਪੜ੍ਹਾਈ ਕੀਤੀ ਉਹਨੇ ਕਿਵੇਂ ਉਹ ਪੀਆਰ ਬਣੀ ਹੈ ਵਗੈਰਾ ਤੇ ਹੁਣ ਉਹਨਾਂ ਨੂੰ ਫਰੈਸ਼ ਇਹ ਵੀ ਯਾਦ ਹੈ ਕਿ ਵੀ ਸਿਟੀਜ਼ਨ ਉਹ ਅਗਲੇ ਸਾਲ ਇਸ ਮਹੀਨੇ ਉਹ ਬਣੇਗੀ ਜਾਂ ਵਟ ਐਵਰ ਐਲੀਜੀਬਲ ਹੈ ਜਿਹਦੇ ਨਾਲ ਇਹ ਪਤਾ ਲੱਗਦਾ ਕਿ ਹਸਬੈਂਡ ਵਾਈਫ ਦੇ ਵਿੱਚ ਇੱਕ ਦੂਜੇ ਦੀ ਨੌਲੇਜ ਜ਼ਰੂਰ ਹੈ Yeah. So this is also a great bonus point in this. All in all, it's a great interview. And, and at the end, he said, like, he summarized, he said, I'm going to summarize this interview and I'm going to ask once again, so you guys want to stay together. That's why you applied for this. And my husband said, yes. So he summarized everything by himself. Imagine, karo koi galti na kate. No, I don't want to stay with her. I'm just going out of there. Yeah. But anyway, I'm greatly glad that tuhanu kuch fayda hoya, tada kam sokha ho gaya. It is coming easy. It is going to a close. The application is coming and you have the approval already. Tusi apne agar je privacy nu dekhde hoye, agar husband de bare kuch dasna chaho, to dasna chahoge, na bhi dasoge, no problem. Because of the privacy like concerns, and zyada nahi us cheez pe bologe, but I would really appreciate ki tusi mainu ਬਹੁਤ ਹੀ ਜ਼ਿਆਦਾ ਸ਼ੋਰਟ ਟਾਈਮ ਦੇ ਵਿੱਚ ਤੁਸੀਂ ਪ੍ਰੋਪਰ ਇੱਕ ਸਟੱਡੀ ਕੀਤੀ ਸੀ ਮੈਨੂੰ ਪਤਾ ਤੁਸੀਂ ਮੇਰੇ ਕੋਲ ਮੰਗਿਆ ਸੀ ਆਹ ਚੀਜ਼ ਮੈਨੂੰ ਦਿਓ ਮੈਂ ਸਟੱਡੀ ਕਰਨੀ ਆ ਕਿ ਤੁਹਾਡੀ ਹਸਬੈਂਡ ਦੀ ਫਾਈਲ ਦੇ ਉੱਤੇ ਐਂਡ ਮੈਂ ਥੋੜ੍ਹਾ 1-2 ਦਿਨ ਲੈ ਦਿੱਤਾ ਸੀਗਾ ਉਸ ਚੀਜ਼ ਨੂੰ ਐਂਡ ਦੈਨ ਯੂ ਸਟੱਡੀਡ ਐਂਡ ਯੂ ਟੋਲਡ ਬਾਈ ਯੋਰ ਸੈਲਫ ਕਿ ਚਾਹੀਦੇ ਚੱਲ ਰਿਹਾ ਤੁਹਾਡੀ ਫਾਈਲ ਦੇ ਵਿੱਚ ਉੱਥੇ ਐਂਡ ਇਹ ਤੁਹਾਡੀ ਫਾਈਲ ਦੇ ਵਿੱਚ ਇੱਥੇ ਚੱਲ ਰਿਹਾ ਹੈ ਐਂਡ ਆਈ ਥਿੰਕ ਮੈਂ ਸਹੀ ਟਾਈਮ ਦੇ ਉੱਤੇ ਅਪਰੋਚ ਕਰ ਲਿਆ ਤੁਹਾਨੂੰ ਕਈ ਚੀਜ਼ਾਂ ਸੀਗੀਆਂ ਸ਼ਾਇਦ ਉਹ ਮੈਂ ਟੱਚ ਵੀ ਨਾ ਕਰਦੀ ਜਿਸ ਤਰ੍ਹਾਂ ਕੁਛ ਉਹਨਾਂ ਨੇ ਰਿਕੁਐਸਟ ਮੰਗੀ ਨਹੀਂ ਸੀ ਕੋਈ ਵੀ ਡਾਕੂਮੈਂਟ ਜਾਂ ਮੈਂ ਲਾਇਰ ਸਾਡੀ ਕਿ ਜ਼ਰੂਰਤ ਨਹੀਂ ਹੈਗੀ ਉਸ ਚੀਜ਼ ਦੀ ਆਪਾਂ ਕਿਉਂ ਲੈ ਕੇ ਜਾਣੀ ਆ ਤੇ ਇੱਕ ਦਿਨ ਪਹਿਲਾਂ ਵੀ ਜਿੱਦਾਂ ਗੱਲ ਹੋਈ ਐਂਡ ਸਾਡੀ ਕਿ ਨਹੀਂ ਜ਼ਰੂਰਤ ਨਹੀਂ ਆ ਜੇ ਮੰਗਣ ਲਈ ਫਿਰ ਹੀ ਆਪਾਂ ਦੇਣਾ ਆਪਾਂ ਆਪਣੇ ਵੱਲੋਂ ਕੁਛ ਨਹੀਂ ਦੇਣਾ ਉਹਨਾਂ ਨੂੰ ਬਟ ਜੋ ਉਹ ਡਾਕੂਮੈਂਟਸ ਉਹ ਲੱਗੇ ਨਹੀਂ ਸੀ ਸਾਡੀ ਫਾਈਲ 'ਚ ਬਿਕਾਜ਼ ਉਹ ਫਾਈਲ ਲੱਗਣ ਤੋਂ ਬਾਅਦ ਵਾਲੀ ਵਿਜ਼ਿਟ ਸੀ ਮੇਰੀ
ਐਂਡ ਉਸ ਚੀਜ਼ ਦਾ ਇੱਕ ਬਹੁਤ ਹੀ ਲਾਈਕ ਕਹਿ ਲਓ ਕਿ ਫਾਈਲ ਉੱਥੇ ਟਰਨ ਹੀ ਹੋ ਗਈ ਬਿਲਕੁਲ ਹੀ ਕਿ ਹਾਂ ਓਕੇ ਠੀਕ ਹੈ ਬਾਅਦ 'ਚ ਵੀ ਇਹ ਮਿਲਿਆ ਘੁੰਮੇ ਫਿਰੇ ਆ ਇਹਨਾਂ ਨੇ ਐਸ਼ ਕੀਤੀ ਇਹ ਨਹੀਂ ਆ ਕਿ ਬੈਠ ਕੇ ਆਪਣੀ ਆਪਣੀ ਜਗ੍ਹਾ ਤੇ ਤੁਸੀਂ ਇਹ ਦੇਖ ਲਓ ਕਿ ਤੁਸੀਂ ਇਹ ਦੇਖ ਲਓ ਕਿ ਬਗੈਰ ਕਿਸੇ ਦਾ ਨਾਮ ਲਏ ਹੋਏ ਇਮੀਗ੍ਰੇਸ਼ਨ ਲਾਇਰ ਹੋ ਜਾਂ ਕੰਸਲਟੈਂਟ ਹੋ ਉਹਨਾਂ ਦਾ ਓਪੀਨੀਅਨ ਸੀ ਕਿ ਵੀ ਕੋਈ ਡਾਕੂਮੈਂਟ ਲਿਜਾਣ ਦੀ ਲੋੜ ਨਹੀਂ ਹੈ ਕਿਉਂਕਿ ਫਾਈਲ 'ਤੇ ਲਿਖਿਆ ਨਹੀਂ ਕਿਉਂਕਿ ਕਾਗਜ਼ 'ਤੇ ਲਿਖਿਆ ਨਹੀਂ ਰਾਈਟ ਯਾ ਪਰ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਲੈ ਕੇ ਜਾਓ ਤੇ ਤੁਹਾਨੂੰ ਉਸ ਚੀਜ਼ ਦਾ ਫਾਇਦਾ ਵੀ ਹੋਇਆ ਯਾ ਬਹੁਤ ਫਾਇਦਾ ਹੋਇਆ ਸੋ ਅਗਰ ਅਗਰ ਆਪਾਂ ਉਸ ਲਾਇਰ ਦੀ ਕੰਸਲਟੈਂਟ ਦੀ ਗੱਲ ਸੁਣਦੇ ਤੇ ਅੱਜ ਸ਼ਾਇਦ ਸਾਡੇ ਇੰਟਰਵਿਊ ਵਿੱਚ ਉਹ ਇੱਕ ਤੇਜ਼ੀ ਆ ਤੁਹਾਡੀ ਉਹ ਇੱਕ ਅਸੈਸਮੈਂਟ ਦੇ ਵਿੱਚ ਪ੍ਰੋਬਲਮ ਹੋ ਜਾਣੀ ਸੀ ਕੁਛ ਨਾ ਕੁਛ ਯਾ ਮੇ ਵੀ ਹੋਰ ਕੁਐਸਚਨਿੰਗ ਹੁੰਦੀ ਉਸ ਚੀਜ਼ ਨੂੰ ਲੈ ਕੇ ਨਾ ਕਿ ਜਿਹਨੂੰ ਜਸਟੀਫਾਈ ਕਰਨਾ ਮੁਸ਼ਕਿਲ ਹੋ ਜਾਂਦਾ ਬਟ ਯਾ ਓਵਰਆਲ ਇੱਕ ਕਹਿ ਲਓ ਕਿ ਇਨਸਾਨ ਵੀ ਬਹੁਤ ਨਾਈਸ ਸੀਗਾ ਇੱਕ ਹਿਊਮਨ ਸੀਗਾ ਪਤਾ ਲੱਗ ਰਿਹਾ ਸੀ ਕਿ ਹਿਊਮਨ ਸੀ ਉਹ ਸਾਡੀ ਪੇਨ ਨੂੰ ਬਿਨਾਂ ਜਿੱਦਾਂ ਕਹੀ ਉਹ ਸਮਝ ਰਿਹਾ ਸੀ ਕਿ ਬਹੁਤ ਟਾਈਮ ਹੋ ਚੁੱਕਿਆ ਇਸ ਚੀਜ਼ ਨੂੰ ਐਂਡ ਉਹ ਸਿੰਪਥੀ ਦਿਖਾ ਰਿਹਾ ਸੀ ਕਿ ਕਿੱਦਾਂ ਤੁਸੀਂ ਮੈਨੇਜ ਕਰ ਰਹੇ ਹੋ ਤੁਹਾਨੂੰ ਟਫ ਨਹੀਂ ਲੱਗ ਰਹੀਆਂ ਇਹ ਚੀਜ਼ਾਂ ਬਟ ਯਾ ਓਵਰਆਲ ਜਿੱਦਾਂ ਕਹਿ ਲਓ ਕਿ ਸਾਰੀਆਂ ਚੀਜ਼ਾਂ ਵਰਕਆਊਟ ਕੀਤੀਆਂ ਸਹੀ चलो ए थैंक यू वेरी मच कमल फॉर कमिंग इन एंड वॉलंटियरिंग टू आई नो के कई जो क्लाइंट्स होते हैं क्योंकि दे आर शाय बिकॉज दे आई हैव सो मेनी पीपल हु गेट द वीजा पर वो कहते हैं दुनिया नहीं पता लग जाए बिकॉज इट्स अ सीक्रेट मैरिज और इंटर रिलेशन और समथिंग इंटर कास्ट ए तुसी आए हो तुसी को फीडबैक दी आई रियली अप्रिशिएट योर टेकिंग टाइम एंड आई होप लॉट ऑफ अदर पीपल who are having interviews in a country different from India. Kai log jo Africa reh rahe hain, kai China hai, kuch hai, unka bhi interview hoti hai. So I think they will get an idea to be, you know, how to... Because many people are just watching these videos and then getting an idea ki how to prepare themselves. Yeah, so that's what we do. Like, kasi search kita si and then... I mean, the thing is we took it serious. It was not like you interview ya iska jaande ya. Jaande ya cheezan nu assi repeat kita hai ki haan, taaki saadi ek... ਜ਼ਿਆਦਾ ਅੰਡਰਸਟੈਂਡਿੰਗ ਬਣੇ ਤਾਂ ਆਈ ਥਿੰਕ ਇਟ ਵਾਸ ਨਾਟ ਟਫ ਫੋਰ ਅਸ ਬਟ ਬਿਫੋਰ ਦੈਟ ਬਹੁਤ ਲੱਗ ਰਿਹਾ ਸੀ ਕਿ ਬਹੁਤ ਟਫ ਆ ਬਹੁਤ ਜ਼ਿਆਦਾ ਟਫ ਆ ਤਾਂ ਆਈ ਥਿੰਕ ਟਾਈਮ ਈਜ਼ੀ ਲੱਗਾ ਕਿ ਕਈ ਕਈ ਇਮੀਗ੍ਰੇਸ਼ਨ ਲਾਇਰਸ ਦਾ ਕਹਿਣਾ ਹੈ ਕਿਉਂਕਿ ਇਮੀਗ੍ਰੇਸ਼ਨ ਲਾਇਰਸ ਦੇ ਸਟਾਫ ਰੱਖਿਆ ਉਹਨਾਂ ਨੇ ਫਾਰਮ ਭਰ ਕੇ ਦਿੱਤਾ ਕਿ ਸਪੌਂਸਰਸ਼ਿਪ ਐਪਲੀਕੇਸ਼ਨ ਗਈ ਉਹਦੇ ਬਾਅਦ ਜਦ ਇੰਟਰਵਿਊ ਆਉਂਦਾ ਹੈ ਤੇ ਫਿਰ ਉਹ ਕਹਿੰਦੇ ਜੀ ਇੱਥੇ ਕੋਈ ਗੱਲ ਹੀ ਨਹੀਂ ਇੰਟਰਵਿਊ ਚ ਕੀ ਗੱਲ ਤੁਹਾਡੇ ਸਵਾਲ ਹੈ ਤੁਹਾਡੇ ਜਵਾਬ ਹੈ ਤੁਸੀਂ ਆਪਣੇ ਆਪ ਹੀ ਚੈੱਕ ਕਰ ਲਓ ਧਿਆਨ ਦੇਖੋ They are not focused on training for the interview and that makes a very difficult situation sometimes. Yeah. Anyway, hey, thank you very much, Kamal, and good luck for your husband and I wish him a good future when he comes to Canada. Yeah, thank you, sir. Thank you so much and thanks for your help in short time. I would really, really, really appreciate you. Thank you. Thank you, Sat Shri Akal. Sat Shri Akal.